अस्सलाम वालेकुम जी। वालेकुम सलाम जी। हाँ, तुसी जड़ा इलेक्ट्रिक बाइक लिया है तो मुतमैन हो या नहीं? हाँ जी, मुतमैन हो? मुतमैन है, मुतमैन की है। ते बैटरी च पानी पै गया, दूजे मुतमैन है कि मोटर च कल दा बंद होया पया। अच्छा, बारिश च चलाया है? बारिश ही चलाण लगे ते पानी पै गया ते सारा। अच्छा, तो हुण सारा खलाया मिस्त्री कोल लिया के? नहीं ते हुण ए बंद है बिल्कुल या चल रहा? बंद है बिल्कुल। अच्छा, एदा कोई हल नहीं हैगा। ਜ਼ੰਗਾਲ ਵੀ ਲੱਗ ਗਿਆ, ਪੰਜ ਸੱਤ ਦਿਨ ਬਾਰਿਸ਼ ਹੋਈ ਹੈ, ਜ਼ੰਗਾਲ ਲੱਗ ਗਿਆ, ਬਿਲਕੁਲ ਮੌਸਮ ਦੀ ਹਾਲਤ ਕਾਫੀ ਡਿਸਟਰਬ ਹੋ ਗਈ ਹੈ। ਬਾਕੀ ਅੱਲਾ ਖੈਰ ਕਰੇਗਾ, ਹੁਣ ਸਰਵਿਸ ਕਰਦੇ ਹਾਂ ਜੀ, ਦੇਖਦੇ ਹਾਂ ਕਿ ਡ੍ਰਿਪਾਂ ਵਗੈਰਾ 'ਚ ਪਾਣੀ ਪਿਆ ਵਾ ਕੀ ਹੈ, ਕਿਉਂਕਿ ਕੰਟਰੋਲਰ ਵਗੈਰਾ ਅਗਰ ਉੱਪਰ ਕਰਕੇ ਲਗਾਇਆ ਜਾਣਾ ਟੈਂਕੀ ਦੇ ਬੋਕਸ ਦੇ ਵਿੱਚ, ਜਾਂ ਟੈਂਕੀ ਪੈਟਰੋਲ 'ਤੇ ਪਾਉਣਾ ਨਹੀਂ ਹੁੰਦਾ, ਕਮ ਅਜ਼ ਕਮ ਕੰਟਰੋਲਰ ਵਗੈਰਾ ਸਾਰੇ ਅਸੈਸਰੀ ਉੱਤੇ ਲੱਗ ਜਾਣ, ਉੱਤੇ ਲੱਗ ਜਾਣ 'ਤੇ ਕਮ ਅਜ਼ ਕਮ ਬਾਈਕ ਵਾਲਾ ਪਰੇਸ਼ਾਨ ਨਹੀਂ ਹੁੰਦਾ, ਬਾਈਕ ਵਾਲਾ ਖਰਾਬ ਨਹੀਂ ਹੁੰਦਾ। ਫਿਰ ਐਕਸੀਲੇਟਰ ਜਿਹੜੀ ਉਹ ਵਾਟਰ ਪਰੂਫ ਨਹੀਂ ਹੈਗੀ, ਉੱਤੋਂ ਪਾਣੀ ਪੈਂਦਾ ਬਾਰਿਸ਼ ਦਾ ਐਕਸੀਲੇਟਰ ਦੇ ਵਿੱਚ ਪਾਣੀ ਵੜ ਜਾਂਦਾ ਵਾ, ਮੋਟਰਸਾਈਕਲ ਆਪਣੇ ਆਪ ਹੀ ਚੱਲਣ ਲੱਗ ਜਾਂਦੇ। ਹੁਣ ਮੇਰੇ ਕੋਲ ਕੰਪਲੇਨਾਂ ਆ ਰਹੀਆਂ ਨੇ, ਆਪਣੇ ਆਪ ਬਗੈਰ ਚਾਬੀ ਤੋਂ ਚੱਲ ਰਹੇ ਆ, ਬਗੈਰ ਚਾਬੀ ਤੋਂ ਚੱਲਣਾ ਸ਼ੁਰੂ ਹੋ ਜਾਂਦੇ ਆ। ਕਹਿੰਦੇ ਕਿ ਰੇਸ ਦੇਣ ਦੀ ਜ਼ਰੂਰਤ ਨਹੀਂ, ਇੱਦਾਂ ਹੀ ਆਨ ਹੋ ਜਾਂਦਾ, ਯਾਨੀ ਕਿ ਉਹ ਬ੍ਰੇਕ ਨਹੀਂ ਲੱਗ ਰਹੀ, ਆਪਣੇ ਆਪ ਚੱਲ ਰਿਹਾ, ਉਹ ਤੋਂ ਗੜਬੜ ਕਰਦੇ ਆ, ਨੁਕਸਾਨ ਕਰਦੇ ਆ, ਕੰਟਰੋਲਰ ਸੜ ਜਾਂਦਾ ਵਾ, ਫਿਰ ਵਿੱਚੋਂ ਮੋਟਰ ਦਾ ਵੀ ਖਰਾਬੀ ਆ ਸਕਦੀ ਹੈ, ਐਕਸੀਲੇਟਰ ਵੀ ਵਿੱਚੋਂ ਧੂਏ ਮਾਰ ਜਾਂਦੀ ਹੈ, ਇੱਦਾਂ ਦੇ ਮਾਮਲਾ ਦਾ। ਤੁਸੀਂ ਜਿਹੜੇ ਬਾਈਕ ਤੇ ਚਲਾਇਆ ਵਾ, ਇਹ ਕਿੰਨੇ ਕਿਲੋਮੀਟਰ ਕਰਦਾ ਸੀਗਾ ਤੁਹਾਡੇ ਕੋਲ? ਪਹਿਲੇ 50 ਕਿਲੋਮੀਟਰ ਕਰਦਾ ਸੀਗਾ। ਅੱਛਾ, ਹੁਣ 35-40। 35-40 ਕਿੰਨਾ ਕੁ ਮਹੀਨੇ ਹੋ ਗਏ ਤੁਹਾਨੂੰ ਲਿਆ ਨੂੰ? ਇਹ ਹੋ ਗਏ 6-7 ਮਹੀਨੇ। 6-7 ਮਹੀਨੇ ਹੋ ਗਏ। ਇਹਦਾ ਬੈਟਰੀਆਂ ਪਹਿਲੇ ਵਾਲੀਆਂ ਰੱਖੀਆਂ ਲੱਗੀਆਂ ਹੋਈਆਂ? ਹਾਂ, ਬੈਟਰੀਆਂ ਪਹਿਲੇ ਵਾਲੀ ਰੱਖੀਆਂ ਹੋਈਆਂ, ਪਰ ਬੈਟਰੀਆਂ ਹੁਣ ਜਵਾਬ ਦੇਣ ਲੱਗ ਗਈਆਂ। 6-7 ਮਹੀਨੇ ਬੈਟਰੀ ਦੀ ਕੋਈ ਮੁੱਦਤ ਨਹੀਂ ਹੈਗੀ, ਕਮ ਤੋਂ ਕਮ ਵੀ 3 ਸਾਲ ਮੁੱਦਤ ਹੋਣੀ ਚਾਹੀਦੀ ਹੈ। ਪਾਇਆ ਹੋਇਆ ਬੈਟਰੀ ਖੁੱਲ ਗਈ ਸੀ, ਦੁਬਾਰਾ ਬੈਟਰੀ ਸੈੱਲ ਕੱਟ ਕੇ ਦੁਬਾਰਾ ਪਵਾਇਆ, ਅਤੇ ਕਮ ਸੋ ਕਮ ਵੀ 3 ਸਾਲ ਦੀ ਹੋਣੀ ਚਾਹੀਦੀ ਹੈ। ਹੁਣ ਜਦ 86,000 ਰੁਪਇਆ ਲਾ ਕੇ, ਅਤੇ ਉਹ 'ਤੇ 100 ਰੁਪਏ ਦਾ ਤੇਲ ਪਵਾ ਕੇ ਸਾਰਾ ਦਿਨ ਚਲਾ ਸਕਦਾ ਬੰਦਾ, ਇਹਦੇ ਚਲਾਵੇ ਨਹੀਂ ਸਕਦਾ, ਫਿਰ ਕਿਤੇ ਵੀ ਡਾਊਨ ਹੋ ਸਕਦਾ। ਪੈਟਰੋਲ ਤੇ ਹੁਣ ਖਾਸਾ ਮਹਿੰਗਾ ਹੋ ਗਿਆ ਨਾ? ਪੈਟਰੋਲ ਮਹਿੰਗਾ ਤੇ ਹੋ ਗਿਆ ਸਰ ਜੀ, ਉਹ ਰੋਜ਼ ਦਾ 100 ਰੁਪਇਆ ਨਾ, ਇਹ ਇਕੱਠੇ ਪੈਸੇ ਭਰਨੇ, ਕੀਮਤਾਂ ਇੰਨੀਆਂ ਕਰਦੀਆਂ ਇਹਨਾਂ ਨੇ, 1,75,000, 70,000, 80,000, ਇੰਨੇ ਪੈਸੇ ਕਿਸੇ ਕੋਲ ਹੋਣਗੇ ਤੇ ਲਵੇਗਾ ਨਾ, ਉਹ ਤਾਂ 30,000 ਦਾ ਲੈ ਕੇ 100 ਰੁਪਏ ਦਾ ਪੈਟਰੋਲ ਚਲਾ ਕੇ ਤੇ ਜੂੰ ਲਾਈ ਜਾਓ। ਇਹ ਤਾਂ ਗੱਲ ਸਹੀ ਹੈ, ਇਹਦੇ 'ਤੇ ਖਰਚਾ ਬਹੁਤ ਹੋ ਗਿਆ। ਜੀ, ਬੈਟਰੀ ਅਸੀਂ 4 ਮਹੀਨੇ ਹੋਏ ਸੀ ਭਾਈ ਨੇ ਮੋਟਰਸਾਈਕਲ ਲੈ ਨੂੰ, ਅਜੇ ਕੋਈ ਸਾਇਦ ਖੁੱਲ ਗਈ ਹੈ, ਸਾਇਡ ਖੁੱਲ ਗਈ ਹੈ, ਇਹ ਕਟਿੰਗ ਕੀਤੀ ਹੋਈ ਹੈ, ਇਹ ਦੇਖੋ, ਇਹ 4 ਮਹੀਨੇ ਇਹ ਸੈੱਲ ਖੁੱਲ ਗਿਆ ਸੀਗਾ ਅਤੇ ਸੈੱਲ ਡੈੱਡ ਹੋ ਗਿਆ ਸੀ, ਮੋਟਰਸਾਈਕਲ ਚੱਲਣ ਲੱਗ ਗਿਆ ਸੀ 5 ਕਿਲੋਮੀਟਰ ਸਿਰਫ। ਅਸੀਂ ਕੀ ਕੀਤਾ, ਇਹਦਾ ਇਹ ਸੈੱਲ ਕੱਟ ਦਿੱਤਾ, ਇੱਕ ਸੈੱਲ ਕੱਟ ਕੇ ਬੈਟਰੀ ਨੂੰ ਅੰਦਰੋਂ ਸੋਲਡਿੰਗ ਕੀਤੀ, ਸੋਲਡਿੰਗ ਕਰਕੇ ਓਵਰਹਾਲ ਕਰਤੀ, ਓਵਰਹਾਲ ਕਰਕੇ ਨਾ ਅਤੇ ਬੈਟਰੀ ਅਸੀਂ ਇਹਨਾਂ ਵੋਲਟਾਂ 'ਤੇ ਚਲਾ ਦਿੱਤੀ, ਯਾਨੀ ਕਿ 3-4 ਮਹੀਨੇ ਤੋਂ ਇਹ ਦੇਖੋ ਹੁਣ ਬੈਟਰੀ ਸਾਡੀ, ਵੈਸੇ ਦੂਸਰੀ ਬੈਟਰੀ ਲੈ ਕੇ ਆਇਆ, ਸਾਡੀ ਬੈਟਰੀ ਹੋਣੀ ਚਾਹੀਦੀ ਹੈ ਇਸ ਟਾਈਮ, ਦੇਖੋ ਇਹ 11.19 ਵੋਲਟ 'ਤੇ ਖੜੀ ਹੈ, ਇਹ ਬੈਟਰੀ ਫੁੱਲ ਹੈ ਇਸ ਟਾਈਮ, ਜਦਕਿ ਬੈਟਰੀ 11 ਵੋਲਟ 'ਤੇ ਨਹੀਂ। ਇਹ ਦੇਖੋ ਇਹਦੇ ਨਾਲ ਦੀ ਦੂਸਰੀ ਬੈਟਰੀ ਹੈ, ਦੂਸਰੀ ਬੈਟਰੀ ਦੇ ਅਗਰ ਅਸੀਂ ਵੋਲਟ ਚੈੱਕ ਕਰਦੇ ਹਾਂ, ਇਹ ਦੇਖੋ 13.45 'ਤੇ ਖੜੀਆਂ ਨੇ ਬੈਟਰੀਆਂ। ਅਸੀਂ ਇੱਕ ਸੈੱਲ ਕੱਟ ਦਿੱਤਾ, ਸੈੱਲ ਕੱਟ ਕੇ ਹੁਣ ਮਾਸ਼ਾਅੱਲਾ ਫਿਰ ਵੀ ਕੋਈ 35-40 ਕਿਲੋਮੀਟਰ ਚੱਲ ਰਹੀ ਹੈ, ਕਮ ਅਜ਼ ਕਮ ਗਾਹਕ ਨੂੰ ਰਿਲੀਫ ਦੇ ਦਿੱਤਾ, ਨਹੀਂ ਤਾਂ ਬੈਟਰੀ ਅਗਰ ਉਹ ਪਵਾਉਂਦੇ, ਬੈਟਰੀ ਤਾਂ ਕਾਫੀ ਮਹਿੰਗੀ ਸੀਗੀ, ਕਾਸ ਮੈਂ ਤਾਂ ਵੇਚਣ ਦੇ ਚੱਕਰ ਹੀ ਸੀਗਾ, ਠੀਕ ਹੈ ਨਾ, ਭਾਈ ਹੁਣੇ ਤਾਂ ਆਏ ਸੀਗੇ, ਮੈਂ ਤਾਂ ਵੇਚਣ ਦਾ ਚੱਕਰ ਸੀਗਾ, ਮੈਂ ਤਾਂ ਜਦ ਦਫਾ ਕਰਨ ਨੂੰ ਇਸ ਤੋਂ ਚੰਗਾ ਉਹ 10,000 ਦਾ ਲੈ ਕੇ ਤਾਂ ਤੇਲ 100 ਰੁਪਏ ਦਾ ਪਵਾ ਕੇ ਤਾਂ ਰੋਜ਼ ਦਾ ਚਲਾਓ ਉਹਨੂੰ, ਠੀਕ ਹੈ, 200 ਦਾ ਪਵਾ ਲਓ ਬਿਲਕੁਲ, ਅਤੇ ਇਹ ਇੰਨੇ ਪੈਸੇ ਵੀ ਲਾਓ ਫਿਰ ਚੀਜ਼ ਵੀ ਮਾੜੀ ਲਾਓ, ਅਤੇ ਉਹਨਾਂ ਨੂੰ ਚਾਹੀਦਾ ਕਮ ਸੋ ਕਮ ਇਹ 2 ਸਾਲ ਦੀ ਗਰੰਟੀ ਦੇਣ, ਬੈਟਰੀ ਬੈਂਕ ਜ਼ਰਾ ਅੱਛਾ ਕਰ ਦੇਣਾ, ਬੈਟਰੀ ਬੈਂਕ ਦਾ ਅੱਛਾ ਕਰਨ, 2 ਸਾਲ ਦੀ ਕਮ ਸੋ ਕਮ ਗਰੰਟੀ ਦੇਣ, ਤਾਂ ਕਿ ਗਾਹਕ ਅੱਗੇ ਦੂਸਰੇ ਨੂੰ ਦੱਸੇ, ਜਿਹੜਾ ਜੇ ਬੰਦਾ ਵੀ ਯਾਰ ਬਹੁਤ ਅੱਛੀ ਮੋਟਰਸਾਈਕਲ ਆ, ਮੈਂ ਤਾਂ ਜਿਹਨੂੰ ਜਿਹੜਾ ਪੁੱਛੇਗਾ ਮੈਂ ਤਾਂ ਉਹਨੂੰ ਇਹ ਕਹਾਂਗਾ ਵੀ ਨਾ ਲਿਓ। बिस्मिल्लाह रहमान रहीम। ये देखें, ये जो बाइक था जो पानी में चलाया गया था, उसके अंदर ना बैटरी तो पहले ही 3-4-5 महीने में ही, 3-4 महीने में ही इसकी बैटरी का एक सेल डेड हो गया था, तो उन्होंने इसको काट के कस्टमर को रिलीफ देने के लिए, ताकि कस्टमर इससे बज़न ना हो, उसको इस काबिल कर दिया कि वो 30-35 किलोमीटर चलने के काबिल हो गया।
ये जो जोल्टा इलेक्ट्रिक बाइक थी, ये बारिश में घर से बाहर गए, पहले गए हुए थे, बारिश हो गई, जब वापस आए तो बारिश में ही आना पड़ा, तो इसकी बैक वाली हब मोटर में तो पानी नहीं गया, लेकिन बाकी जो मामलात हैं, जैसे कंट्रोलर है और इसकी बैटरियां हैं, बैटरियां का जो कवर था वो वाटरप्रूफ नहीं था। ये देखिए बैटरियां जो हैं वो उनके ये जो टापा जिसके अंदर बैटरियां रखी जाती हैं उसके अंदर कितना पानी था, इसको उल्टा करके रखा हुआ ताकि ये सूख जाए, इसमें से पानी निकल जाए, और इसका जो ऊपर कवर है वो भी वाटरप्रूफ नहीं है, उसको भी जो है उसके अंदर भी पानी गया हुआ है काफ़ी ज़्यादा, उसकी वजह से जो बाइक में रस्ट आ गया, रस्ट की वजह से बाइक बंद हो गया और फिर उसको टो करके वर्कशॉप तक लाना पड़ा। ये देखिए इसके अंदर जो कंपनी को चाहिए कि इसको जो है इसका जो कंट्रोलर है इसको थोड़ा सा ऊपर करके और ऊपर करके लगाएं किसी तरीके से, ताकि ये बारिश का जो पानी है इसके अंदर ना जाए, या इसको वाटरप्रूफ किसी चीज़ में लगाएं ताकि कस्टमर को रिलीफ मिलेगा, तो कस्टमर नया बाइक नया ख़रीदेगा। इसमें अगर कस्टमर तंग होगा तो बाइक की जो है वैल्यू ख़त्म होती जाएगी। हाँ भाई, क्या हुआ इस बाइक को? इसमें पानी में से गुजारा, तो ये बंद हो गया। बंद हो गया तो इसकी बैटरियों में पानी गया, या बैटरियों के पानी लगा, कार्बन वगैरह आ गया, मोटरसाइकिल बंद हो गया। नहीं तो ये ड्राई सेल बैटरी है, तो इसमें पानी का क्या असर हुआ? समय इसके कनेक्टर खराब हो गए, जंगाल लग गया, उसकी वजह से वो चलना बंद हो गई। नहीं तो कंपनी को चाहिए ना कि इसका कनेक्टर ज़रा अच्छी क्वालिटी का लगाएं आप लोग, कंपनी को वाटर प्रूफ करनी चाहिए इनको। हाँ, वाटर प्रूफ तो करनी चाहिए। तो इसका कंट्रोलर बच गया, कंट्रोलर के अंदर भी पानी गया? जी सर, कंट्रोलर में ही पानी गया, उसकी वाशिंग वगैरह कर रहे हैं, अब देखते हैं क्या होता है। भाई ये दसो कि ये जो बाइक है जो लोग कहें कि पुल तो नहीं चढ़ता, पुल उत्ते चढ़ जाता? पुल तो चढ़ जाता, अगर ब्रेक ला के दोबारा चलाओगे फिर नहीं चढ़ता। फिर नहीं चढ़ता, भावे एक सवारी हो भी नहीं चढ़ता। एक सवारी हो फिर भी नहीं चढ़ता। जो चार्जिंग फुल हो, फिर चार्जिंग फुल हो भावे थोड़ा हो, एक सवारी भी नहीं चढ़ता, रोक के नहीं चला चढ़ा सकते। अगर चल रहा तो फिर तो चल रहा, फिर ब्रेक ला के या मसला मान गया फिर नहीं चला सकते, फिर उतरोगे फिर चलाओगे तो फिर चलेगा। अच्छा अच्छा अच्छा, वैसे नहीं चलेगा।